ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹਲਾ 5ਵਾਂ ਕੋਟ ਜਨਮ ਕੇ ਬਿਨ ਸੇ ਪਾਪ ਹਰ ਹਰ ਜਪਤ ਨਾਹੀ ਸੰਤਾ ਕੋਟ ਜਨਮ ਕੇ ਬਿਨ ਸੇ ਪਾਪ ਹਰ ਹਰ ਜਪਤ ਨਾਹੀ ਸੰਤਾ ਗੁਰ ਕੇ ਚਰਨ ਕਮਲ ਮਨ ਵਸਹਿ ਮਹਾ ਬਿਕਾਰ ਤਨ ਤੇ ਸਭ ਨਸੇ गोपाल को जस गाओ प्राणी अकथ कथा साची प्रभु पूरन ज्योति ज्योत समाणी रहा तृष्णा भूख सब नासी संत परसाद ਜੱਪਿਆ ਬਿਨਾਸੀ ਰੈਨ ਦਿਨਸ ਪ੍ਰਭ ਸੇਵ ਕਮਾਨੀ ਹਰ ਮਿਲਣ ਕੀ ਇਹ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੂਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪਰਵਾਨ ਸੰਤ ਜਨਾ ਮਸਤਕ ਨਿਸ਼ਾਨ ਦਾਸ ਕੀ ਰੇਣ ਪਾਏ ਜੇ ਕੋਏ ਨਾਨਕ ਤਿਸ ਕੀ ਪਰਮ ਗਤ ਹੋਏ ਹਰ ਕੇ ਸੰਤ ਸਦਾ ਪਰਵਾਨ ਸੰਤ ਜਨਾ ਮਸਤਕ ਨੀਸਾਨ ਦਾਸ ਕੀ ਰੇਨ ਪਾਏ ਜੇ ਕੋਈ ਨਾਨਕ ਤਿਸ ਕੀ ਪਰਮਗਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਰ ਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਸੰਗਤ ਦਾ ਸਮਾਂ ਸੀ ਮਾਣ ਰਹੇ ਹਾਂ ਗੁਰੂ ਹਜ਼ੂਰੀ ਨੂੰ ਮਾਣਦੇ ਹਾਂ ਗੁਰਬਾਣੀ ਕੀਰਤਨ ਆਪ ਸਰਵਨ ਕਰ ਰਹੇ ਸੀ ਹੁਣ ਸਮਾਂ ਬਣਿਆ ਗੁਰ ਸ਼ਬਦ ਵਿਆਖਿਆ ਦਾ ਲੜੀਵਾਰ ਕੁਰਬਾਨੀ ਵਿਚਾਰ ਜਿਸ ਪਾਵਨ ਸਥਾਨ ਤੇ ਹੋ ਰਹੀ ਹੈ ਉਸ ਅੰਦਰ ਰਾਮਕਲੀ ਰਾਗ ਦਾ ਉਪਦੇਸ਼ ਗੁਰੂ ਅਰਜਨ ਸਾਹਿਬ ਦੁਆਰਾ ਉਚਿਤ ਕੀਤੀ ਗਈ ਪਾਵਨ ਰਚਨਾ ਸੀ ਵਿਚਾਰ ਰਹੇ ਹਾਂ ਆਪ ਜੀ ਨੇ ਜੋ ਬਚਨ ਸਰਵਨ ਕੀਤਾ ਹੈ ਬੀਤੇ ਕੱਲ ਇਸ ਦੀ ਵਿਚਾਰ ਪ੍ਰਾਰੰਭ ਕੀਤੀ ਸੀ ਰਹਾਉ ਦੇ ਪਦੇ ਨੂੰ ਬੜੇ ਵਿਸਥਾਰਪੂਰਵਕ ਵਿਆਖਿਆਉਣ ਦਾ ਯਤਨ ਹੋਇਆ ਅੱਜ ਜੋ ਸਮੁੱਚਾ ਸ਼ਬਦ ਆ ਉਹਦੀ ਵਿਚਾਰ ਕਰਾਂਗੇ ਪਰ ਯਕੀਨਨ ਤੌਰ ਤੇ ਵਿਚਾਰ प्रारंभ ਰਹਾਉ ਦੇ ਪਦੇ ਤੋਂ ਹੀ ਹੋਏਗੀ ਕਿਉਂਕਿ ਉਸ ਵਿੱਚ ਮੁੱਖ ਸੁਨੇਹਾ ਹੈ ਜੋ ਮੇਨ ਮੈਸੇਜ ਰਹਾਉ ਦੀਆਂ ਲਾਈਨਸ ਕੈਰੀ ਕਰ ਰਹੀਆਂ ਨੇ ਉਸੇ ਨੂੰ ਸੀ ਪਹਿਲਾਂ ਆਪਣੀ ਨਜ਼ਰ ਵਿੱਚ ਪਾਵਾਂਗੇ ਉਪਰੰਤ ਉਹਦੇ ਆਸ਼ੇ ਦੇ ਵਿੱਚ ਹੀ ਸਾਰੇ ਜੋ ਸ਼ਬਦ ਦੀ ਵਿਆਖਿਆ ਸਮਝਣ ਦਾ ਯਤਨ ਹੋਏਗਾ ਗੁਰੂਦੇਵ ਜੋ ਜ਼ਿਕਰ ਕਰ ਰਹੇ ਨੇ गोपाल ਕੋ ਜਸ ਗਾਉ ਪ੍ਰਾਣੀ गोपाल ਕੋ ਜਸ गोपाल ਜਿਨੇ ਸਭ ਕਾਸੇ ਨੂੰ ਬਣਾਇਆ ਹੈ ਜੋ ਸਾਜ ਰਿਹਾ ਜੋ ਸृਜ ਰਿਹਾ ਹੈ गोपाल ਉਸ ਦਾ ਜਸ ਪ੍ਰੇਜ਼ ਗਲੋਰੀ ਜੋ ਵੀ ਤੁਸੀਂ ਵਰਡ ਯੂਜ਼ ਕਰਨਾ ਚਾਹੋ ਸਤੁੱਤੀ ਉਸਤ ਤਾਰੀਫ ਸਿਫਤ ਸਿਫਤ ਸਲਾਹ ਇਹ ਕਿਹਾ ਗਿਆ ਮਨੁੱਖੀ ਮਨ ਹਾਲੇ ਦਿਵਾਲੇ ਨੂੰ ਵੇਖੇ ਅਬਜ਼ਰਵ ਕਰੇ ਉਸ ਅਬਜ਼ਰਵੇਸ਼ਨ ਦੇ ਵਿੱਚ ਜੋ ਰਿਐਲਿਟੀ ਹੈ ਅਲਟੀਮੇਟ ਰਿਐਲਿਟੀ ਉਸ ਨੂੰ ਪ੍ਰਸੀਵ ਕਰੇ ਜਿੰਨਾ ਪ੍ਰਸੀਵ ਕਰੇਗਾ ਮਨ ਉਨਾ ਹੀ ਜ਼ਿਆਦਾ ਉਹਦੀ ਗਲੋਰੀ ਨੂੰ ਪ੍ਰੋਸੈਸ ਕਰੇਗਾ। ਇਹਹੀ ਪਗਤੀ ਹੈ, ਇਹਹੀ ਬੰਦਗੀ ਹੈ। ਐਜ਼ ਆਈ ਅੰਡਰਸਟੈਂਡ ਵੈਨ ਵੀ ਗੋ ਥਰੂ ਗੁਰੂ ਗ੍ਰੰਥ ਸਾਹਿਬ ਜੀ। ਬਾਬਾ ਜੀ ਬਿਆਨ ਕਰਦੇ ਇਹ ਜਸ ਗਾ, ਇਹ ਵਡਿਆਈ ਗਾ। ਇਸ ਤਰ੍ਹਾਂ ਜਾਣੋ ਜੇ ਨਹੀਂ ਗਾਵਾਂਗੇ। ਇਫ ਵੀ ਆਰ ਨੋਟ ਏਬਲ ਟੂ ਆਬਜ਼ਰਵ ਦਿਸ ਹੋਲ ਕ੍ਰੀਏਸ਼ਨ As Babaji is teaching us, then definitely mind will observe everything, but according to their own kind of standards. And those can create a lot of madness and misery, which can lead us toward complaints, toward frustration. And at the end, we won't be able to enjoy the humanness.

ਇਥੇ ਫਿਰ ਸਭ ਕੁਝ ਲੱਗੇਗਾ ਕਿ ਸਭ ਸਭ ਚੀਜ਼ਾਂ ਜਿਹੜੀਆਂ ਟੁੱਟੀਆਂ ਨੇ ਦੇ ਆਰ ਸਕੈਟਰਡ ਦੇ ਆਰ ਐਕਚੁਅਲੀ ਟੋਟਲੀ ਬ੍ਰੋਕਨ ਬਾਬਾ ਜੀ ਕਹਿੰਦੇ ਗੋਪਾਲ ਕੋਜਸ ਗਾਓ ਪ੍ਰਾਣੀ ਉਸ ਨੂੰ ਗਾਓ ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਅਕਥ ਕਥਾ ਉਹ ਕਥਾ ਜਿਹੜੀ ਮੈਨੂੰ ਲੱਗਦਾ ਨਹੀਂ ਕਥਨ ਹੋਏਗੀ ਜਾਂ ਮੇਰੇ ਨੂੰ ਕਥਨ ਕਰਨ ਦੀ ਜਾਚ ਨਹੀਂ ਅਕਥ ਹੈ ਮੇਰੇ ਵਾਸਤੇ ਹੋਲੀ-ਹੋਲੀ ਕਥਨ ਦੇ ਮਨ ਸਮਰਥ ਹੁੰਦਾ ਜਿਵੇਂ ਕਿਸੇ ਤਰੀਕੇ ਦੀ ਵੀ ਸਿਸ ਐਗਜ਼ਾਮਪਲ ਲੈ ਲਈਏ ਕਿ ਦੁਨੀਆਂ ਤੇ ਨੀਆਂ ਭਾਸ਼ਾਵਾਂ ਨੇ ਸਪੈਨਿਸ਼ ਹੈ ਫ੍ਰੈਂਚ ਹੈ ਜਰਮਨ ਹੈ ਦੇਰ ਸੋ ਮੈਨੀ ਅਦਰ ਲੈਂਗੁਏਜਸ ਹੁਣ ਇੱਕ ਬੰਦਾ ਸਾਡੇ ਸਾਹਮਣੇ ਆਪਣੀ ਸਾਰੀ ਗੱਲ ਫ੍ਰੈਂਚ ਚ ਸਾਨੂੰ ਕਨਵੇ ਕਰਦਾ ਆ ਅਸੀਂ ਸਾਰੀ ਦੇਖਦੇ ਸੁਣਦੇ ਆ ਅਸੀਂ ਉਹਦੇ ਨਾਲ ਬਿਲਕੁਲ ਕੋਈ ਰਿਸਪੌਂਡ ਨਹੀਂ ਕਰ ਸਕਦੇ ਕੋਈ ਉਹਦੇ ਉੱਤੇ ਸੀ ਉਹਨੂੰ ਆਨਸਰ ਨਹੀਂ ਕਰ ਸਕਦੇ ਇਕੱਠ ਹੋ ਗਈ ਸਾਡੇ ਲਈ ਵੀ ਵੋਂਟ ਬੀ ਏਬਲ ਟੂ ਅਚਲੀ ਕਮਿਊਨੀਕੇਟ ਔਨ ਦੈਟ ਥੈਟ ਲੈਵਲ ਐਟ 올 ਹਾਂ ਹੌਲੀ ਹੌਲੀ ਅਸੀਂ ਕੁਝ ਜਿਹੜੇ ਕਾਇਦੇ ਨੂੰ ਪੜਾਂਗੇ ਉਹਦੇ ਕੁਝ ਗਿਆਨ ਨੂੰ ਲਵਾਂਗੇ ਫਿਰ ਪਤਾ ਲੱਗੇਗਾ ਲੈਂਗੁਏਜ ਨੂੰ ਸਿਰਫ ਇੱਕ ਮੀਡੀਅਮ ਮੰਨਿਆ ਗਿਆ ਮੀਡੀਅਮ ਜਿਹੜਾ ਐਕਚੁਅਲੀ ਚੀਜ਼ ਆ ਉਹ ਹੈਗਾ ਕਿ ਉਸ ਮੀਡੀਅਮ ਵਿੱਚ ਈਡੀਅਮ ਕੀ ਹੈ ਮੁਹਾਵਰਾ ਕੀ ਹੈ ਉਹਦੇ ਵਿੱਚ ਦਿੱਤਾ ਕੀ ਜਾ ਰਿਹਾ ਹੈ ਬਾਬਾ ਜੀ ਜਿਹੜੀ ਬਾਤ ਕਰਦੇ ਬਾਬਾ ਜੀ ਹੋਰ ਪਾਸ਼ਾ ਦੀ ਗੱਲ ਕਰਦੇ ਬਾਬਾ ਜੀ ਕਹਿੰਦੇ ਇਹ ਪਾਸ਼ਾ ਹੈ ਪਾਖਿਆ ਪਾਓ ਅਪਾਰ ਅਤਪ੍ਰੀਤ ਦੀ ਬਾਸ਼ਾ ਇੱਥੇ ਤੇ ਪ੍ਰੀਤ ਪ੍ਰੀਤਪੂਰੀਆ ਮੋਹਨ ਲਾਲ ਨਾ ਉਹਦੀ ਗੱਲ ਹੁੰਦੀ ਇੱਥੇ ਕਿਉਂਕਿ ਇਹ ਬਚਨ ਆ ਰਿਹਾ ਹੈ ਅਕਥ ਕਥਾ ਸਾਚੀ ਪ੍ਰਭ ਪੂਰਨ ਉਸ ਪੂਰਨ ਦੀ ਕਥਾ ਉਸ ਸੰਪੂਰਨ ਦੀ ਕਥਾ ਉਸ ਸੁਰਤ ਚ ਆਵੇ ਫਿਰ ਇਹ ਜੋ ਸਾਡੀ ਆਪਣੀ ਆਈਡੈਂਟੀਟੀ ਸਾਡੀ ਪਹਿਚਾਨ ਆ ਇਹ ਜੋਤ ਹੋ ਜਾਏ ਡਿਵਾਈਨ ਇਤਨੀ ਇਹ ਡਿਵਾਈਨ ਲੈਵਲ ਤੇ ਸਾਡੇ ਅੰਦਰ ਆ ਸਾਡੀ ਸਮਝ ਹੋ ਜਾਏਗੀ ਉਤਨਾ ਸਾਨੂੰ ਡਿਵਾਈਨ ਵੀ ਸਮਝ ਆਏਗਾ ਜਿਹਦੇ ਅੰਸ਼ ਬੰਸ਼ ਆ ਬਾਬਾ ਜੀ ਦੀ ਬਾਤ ਕਰਦੇ इवन दो वी कैन ਕੀਪ ਔਨ 무ਵਿੰਗ ਟੁਵਰਡ that ਡਾਇਰੈਕਸ਼ਨ ਬਟ ਵੀ हैव ਟੂ ਅੰਡਰਸਟੈਂਡ ਦ ਹੋਲ ਸ਼ਬਦ so that's why we will see very first lines of this ਸ਼ਬਦ where baba ji is saying ਕੋਟ ਜਨਮ ਕੇ ਬਿਨ ਸੇ ਪਾਪ ਹਰ ਹਰ ਜਪਤ ਨਾਹੀ ਸੰਤਾਪ ਪਾਪ ਸੰਤਾਪ ਇਹ ਸ਼ਬਦ ਸਾਨੂੰ ਸਮਝ ਆਉਂਦੇ ਸਾਨੂੰ ਲੱਗਦਾ ਜਿੱਥੇ ਇਸ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਉਹ ਬੜਾ ਨੈਗੇਟਿਵ ਆ ਬਿਲਕੁਲ ਪਾਪ ਜਿੱਥੇ ਕਿਹਾ ਜਾਏ ਮਨ ਪ੍ਰੇਰੇ ਮਾੜਾ ਕਰਨ ਵਾਸਤੇ ਗਲਤ ਕਰਨ ਵਾਸਤੇ ਗਲਤ ਡਾਇਰੈਕਸ਼ਨ ਦੇ ਵਿੱਚ ਸਮਹਾਉ ਬੰਦਾ ਕਿਸੇ ਬਹਿਰੂਨੀ ਬੰਦਸ਼ ਕਰਕੇ ਕਿਸੇ ਆਊਟਸਾਈਡ ਡਿਸਪਲਨ ਕਰਕੇ ਕੁਝ ਚੀਜ਼ ਨੂੰ ਨਾ ਵੀ ਕਰ ਸਕੇ ਬਟ ਇਨਸਾਈਡ ਦਾ ਮਾਈਂਡ ਸਮਥਿੰਗ ਇਜ਼ ਇਨ ਸਮ ਗਿਵਿੰਗ ਸਮ ਸੋ ਸਮ ਸੋਰਟ ਆਫ ਇਨਸਪੀਰੇਸ਼ਨ ਡੂ ਇਟ ਥਿੰਕ ਲਾਈਕ ਥੈਟ ਸਪੈਸੀਫਿਕਲੀ ਟੂਵਰਡ ਦਾ ਨੈਗੇਟਿਵ ਟੂਵਰਡ ਦਾ ਬੈਡ ਥਿੰਗਸ ਉਸ ਰੂਪ ਦੇ ਬੈਡ ਚੋਇਸਸ ਬਣਾਉਣ ਵਾਸਤੇ ਪਾਪ ਬੰਦਾ ਕਈ ਵਾਰੀ ਸੋਚਦਾ ਇਹ ਆਉਂਦੇ ਕਿੱਥੋਂ ਨੇ ਕਈ ਵਾਰੀ ਸੱਜਣ ਸੋਹਿਤ ਸੰਗਤਾਂ ਇਸ ਰੂਪ ਵਿੱਚ ਜ਼ਿਕਰ ਕਰਦੀਆਂ ਕਿ ਭਾਈ ਸਾਹਿਬ ਮੈਨੂੰ ਤੇ ਅੱਜ ਪਤਾ ਲੱਗਾ ਸਾਡਾ ਬੱਚਾ ਝੂਠ ਹੀ ਬੜਾ ਬੋਲਦਾ ਹੈ ਸਾਡੇ ਘਰ 'ਚ ਤੇ ਕੋਈ ਵੀ ਝੂਠ ਨਹੀਂ ਬੋਲਦਾ ਇਹ ਕਿੱਥੋਂ ਬੋਲਣ ਲੱਗ ਗਿਆ ਭਾਈ ਸਾਹਿਬ ਸਾਨੂੰ ਪਤਾ ਲੱਗਾ ਇਹ ਤੇ ਬੜੇ ਪੁੱਠੇ ਕੰਮ ਕਰਦਾ ਆ ਸਾਡੇ ਘਰੇ ਤੇ ਕੋਈ ਪੁੱਠੇ ਕੰਮ ਨਹੀਂ ਕਰਦਾ। ਜੇ ਕਈ ਵਾਰ ਹੁੰਦਾ ਬੱਚੇ ਸੋਹਣੇ ਵਰਗੇ। ਪਾਰਟਨਰ ਬਿਲਕੁਲ ਮਤਲਬ ਮਾਨਕ ਇੱਕ ਸ਼ਖਸ ਖਾਸ ਕਰਕੇ ਮੈਸਕੁਲਿਨ ਜੈਂਡਰ ਕਈ ਵਰੀ ਹੁੰਦਾ। ਟੋਟਲ ਮਾੜੀਆਂ ਚੁਆਇਸਸ। ਬੰਦਾ ਉਹਨੂੰ ਦੇਖਦਾ ਫਿਰ ਬਾਕੀ ਸਾਰਿਆਂ ਨੂੰ ਦੇਖਦਾ ਕਹਿੰਦਾ ਮਿਸਮੈਚ ਹੀ ਹੈ ਬਿਲਕੁਲ। ਇੱਕ ਹੀ ਹੈ। ਜਨਮਾ ਜਨਮਾਂ ਤਰਾਂ ਦੇ ਸੰਸਕਾਰ ਨਾਲ ਤੁਰੇ ਆਉਂਦੇ ਨੇ। ਚ ਵਿੱਚ ਬੜੀਆਂ ਐਗਜ਼ਾਮਪਲਸ ਕੀਤੀਆਂ ਜਾਂਦੀਆਂ ਨੇ ਇੱਕ ਹਾਊਸ ਹਹੋਲਡ ਆਜ ਕੱਲ ਤੇ ਇਸ ਦੇ ਉੱਤੇ ਬੜਾ ਫੋਕਸ ਕਰਦੇ ਖਾਸ ਕਰਕੇ ਸਾਡੇ ਯੰਗ ਬੱਚੇ ਬੱਚੀਆਂ ਜਿਹੜੇ ਐਜੂਕੇਟਿਡ ਨੇ ਜਿਨ੍ਹਾਂ ਦੇ ਕੋਲ ਅਰਨਿੰਗ ਹੈਂਡ ਬੜੇ ਸਟਰੋਂਗ ਨੇ ਉਹ ਕਹਿੰਦੇ ਓਕੇ ਆਪਾਂ ਬੜੇ ਪਲਾਨ ਕਰਕੇ ਬੱਚੇ ਜੀਵਨ ਵਿੱਚ ਲੈਣੇ ਨੇ ਫਿਰ ਉਹਨਾਂ ਤੇ ਬੜਾ ਵਧੀਆ ਉਹਨਾਂ ਦੀ ਟੇਕ ਕੇਅਰ ਕਰਨੀ ਹੈ ਉਹਨਾਂ ਨੂੰ ਕੋਈ ਬੈਡ ਐਕਸਪੋਜ਼ਰ ਨਹੀਂ ਦਿਵਾਣਾ ਹਾਡੇ ਪਰਿਵਾਰ ਕਹਿੰਦੇ ਬਿਫੋਰ ਆਈ ਗੈਟ ਕਿਡ ਆਈਡ ਵਾਂਟ ਟੂ ਰਿਮੂਵ ਏਵਰੀ ਸਕਰੀਨ ਫ্রম ਮਾਈ ਹਾਊਸਹੋਲਡ ਆਈ ਵਿਲ ਟੀਚ देम ఎవਰੀਥਿੰਗ ਮੈਨੂਅਲੀ ਇਸ ਤਰੀਕੇ ਨਾਲ ਕਿਹਾ ਹਾਂ ਇਹ ਸ਼ੁਰੂਆਤ ਆ ਇੱਕ ਜਗ੍ਹਾ ਤੇ ਜਾ ਕੇ ਗਿਵ ਅਪ ਕਰ ਜੋਗੇ ਸਾਰੇ ਇੱਥੋਂ ਸ਼ੁਰੂ ਕਰਦੇ ਨੇ ਆਪ ਆਪਣੇ ਐਫਰਟ ਦੇ ਨਾਲ ਫਿਰ ਇਹ ਕਹਿੰਦੇ ਛੱਡੋ ਬਰਾ ਹੋਣੀ ਨੀ ਉਹਨਾਂ ਬਸ ਟੂ ਮੱਚ ਆ ਪੈਸਾ ਸਾਡੀ ਬੇਨਤੀ ਕਰਨ ਲੱਗਾ ਸੀ ਉਹਦੇ ਚ ਇਹ ਹੈ ਕੁਝ ਵੀ ਇਸ ਕਿਸਮ ਦਾ ਬੱਚੇ ਤੱਕ ਪਹੁੰਚਦਾ ਨਾ ਕੀਤਾ ਜਾਏ ਜਿਸ ਦੇ ਨਾਲ ਉਸ ਨੂੰ ਕੁਝ ਮਾੜੀਆਂ ਆਦਤਾਂ ਕੁਝ ਮਾੜੇ ਉਹਦੇ ਅਮਲ ਹੋ ਸਕਣ ਤੇ ਹੋਇਆ ਕੀ ਬੱਚੇ ਨੇ ਕੈਂਡੀ ਪਾਈ ਮੂੰਹ ਦੇ ਵਿੱਚ ਕਿਹਾ ਸੀਗਾ ਤੂੰ ਕੈਂਡੀ ਨਹੀਂ ਖਾਣੀ ਸਮਝਾਓ ਮਿਲ ਗਈ ਕੈਂਡੀ ਖਾ ਲਈ ਬੇਬੇ ਨੂੰ ਪਤਾ ਲੱਗਾ ਨਹੀਂ ਕੈਂਡੀ ਖਾਦੀ ਹੈ ਹੋਏ ਤੂੰ ਕੈਂਡੀ ਖਾਦੀ ਨੋ ਆਈ ਡਿਡਨਟ ਈਟ ਹਾਂ ਬਿਲਕੁਲ ਸਾਫ਼ ਮੁਕਰ ਗਿਆ ਇਨੂੰ ਕੀ ਕਹਿੰਨੇ ਆਸੀਂ? ਲਾਇ ਝੂਠ। ਝੂਠ ਕਿਥੋਂ ਸਿੱਖਿਆ ਤੂੰ? ਝੂਠ ਕਿਵੇਂ ਬੋਲਿਆ ਤੂੰ? ਹਾਂ, ਇਹ ਨਾਲ ਹੀ ਆਇਆ ਹੈ। ਜਨਮ ਜਨਮਾਂਤਰਾਂ ਦੇ ਸੰਸਕਾਰ ਨੇ। ਇਹ ਨਾਲ ਤੁਰੇ ਆਉਂਦੇ ਨੇ। ਐਟੀਟਿਊਡ ਐਸਾ ਦਾ ਕਹਿੰਦਾ ਲੈ। ਅਰੇ 2 ਸਾਲ ਦਾ ਬੱਚਾ ਨਹੀਂ ਦੇਖੋ ਐਟੀਟਿਊਡ ਤੁਸੀਂ ਇਹ ਕਿੱਥੋਂ ਆ ਰਿਹਾ? ਜਨਮ ਜਨਮਾਂਤਰਾਂ ਦੇ ਸੰਸਕਾਰ ਨੇ ਨਾਲ ਆ ਰਹੇ। ਵਿਰਤੋਰੇ ਨਾਲ ਦੇ ਨਾਲ ਇਹ ਪ੍ਰਭਾਵ ਇਸ ਮਨ ਦੇ ਚ ਗਹਿਰਾ ਬੀਜਿਆ ਗਿਆ ਹੈ। ਬਾਬਾ ਜੀ ਕਹਿ ਰਹੇ ਨੇ, "ਗੋਪਾਲ ਦਾ ਜਸ ਗਾ, ਸਤਿਤੀ ਕਰ, ਬੰਦਗੀ ਕਰ ਉਸ ਪਾਸੇ ਲੱਗ।" ਜਿਹੜਾ ਜਨਮ ਜਨਮਾਂ ਤਰਾਂ ਦੇ ਮਾੜੇ ਸੰਸਕਾਰਾਂ ਦਾ ਪ੍ਰਭਾਵ ਪਿਆ ਆ, ਇਹ ਘਟੇਗਾ। ਇਹ ਇਹਦੇ ਬਾਰੇ ਤੂੰ ਅਵੇਅਰ ਹੋਏਂਗਾ, ਇਹਦੇ ਅਸਰ ਅਸਰਾਰ ਤੋਂ ਆਪਣੇ ਆਪ ਨੂੰ ਆਜ਼ਾਦ ਕਰ ਸਕੇਂਗਾ। ਆ ਬਚਨ ਹੈ ਮਚਣਾ ਰਿਹਾ ਹੈ ਸਭ ਕਹਿੰਦੇ ਕੋਟ ਜਨਮ ਕੇ ਬਿਨ ਸੇ పాਪ ਹਰ ਹਰ ਜਪਤ ਨਾਹੀ ਸੰਤਾਪ ਸੰਤਾਪ ਦੀ ਸਿੰਪਲ ਟ੍ਰਾਂਸਲੇਸ਼ਨ ਹੁੰਦੀ ਹੈ ਖਲਹਾ ਕਲੇਸ਼ ਜਿੱਥੇ ਬੰਦਾ ਕਲੇਸ਼ੀ ਹੋ ਜਾਏ ਇਹ ਮੰਨ ਕੇ ਚੱਲੀਏ ਸਾਡਾ ਅਕਸਰ ਹੀ ਹੁੰਦਾ ਅਸੀਂ ਬਲੇਮ ਗੇਮ ਕਰਦੇ ਆ ਕਿ ਕਲੇਸ਼ ਜਿਹੜਾ ਆ ਇਹ ਕਰਦੇ ਮੈਂਬਰ ਕਰਦੇ ਨੇ ਫਲਾਂ ਕਰਦਾ ਫਲਾਂ ਕਰਦਾ ਕਲੇਸ਼ ਬਾਹਰ ਕਿਤੇ ਵੀ ਐਗਜ਼ਿਸਟ ਨਹੀਂ ਕਰਦਾ ਕਲੇਸ਼ ਸਾਡੇ ਮਨ ਵਿੱਚੋਂ ਪੈਦਾ ਹੁੰਦਾ ਹੈ ਸਾਡੇ ਮਨ ਵਿੱਚੋਂ ਹੁੰਦਾ ਹੈ ਇਹ ਵੀ ਕਿਹਾ ਜਾਂਦਾ ਵੱਡੇ ਕਲੇਸ਼ ਕਲੇਸ਼ ਕਰਦੇ ਲੋਕ ਇਹਨਾਂ ਨੇ ਛੋਟੇ ਕਲੇਸ਼ ਕਰਦੇ ਸਿਆਣੇ ਕਲੇਸ਼ ਕਰਦੇ ਲੋਕ ਇਹਨਾਂ ਨੇ ਕਮਲੇ ਕਲੇਸ਼ ਕਰਦੇ ਉਮਰ ਦਰਾਜ਼ ਕਲੇਸ਼ ਕਰਦੇ ਨਹੀਂ ਇਮੇਚਿਊਰ এজ ਵਾਲਕੇ ਕਲੇਸ਼ ਕਰਦੇ ਭਈ ਗੱਲ ਇਹ ਹੈ ਸਭ ਲੈਵਲ ਤੇ ਜਿੱਥੇ ਨਾ ਸਮਝੀ ਹੈ ਉੱਥੇ ਕਲੇਸ਼ ਹੈ ਤੇ ਨਾ ਸਮਝੀ ਕਿਸੇ ਹੋਰ ਨਹੀਂ ਆਪਣੇ ਆਪੇ ਆਪਣੇ ਆਪੇ ਦੇ ਬਾਬਤ ਕਲੇਸ਼ ਦੀ ਛੋਟੀ ਜੀ ਐਗਜ਼ਾਮਪਲ ਲੈ ਲਈ ਜਾਏ ਆਪਾਂ ਕਿਸੇ ਨੂੰ ਕੋਈ ਟਾਸਕ ਦਈਏ ਕੰਮ ਕਰਨ ਵਾਸਤੇ ਘਰ ਵਿੱਚ ਹੀ ਲੈ ਲਈ ਜਾ ਸਿੰਪਲ ਚੀਜ਼ ਅਗਲਾ ਬੰਦਾ ਸੁਣੀ ਨੂੰ ਸੁਣੀ ਕਰੇ ਮੈਂ ਨਹੀਂ ਕਰਦਾ ਜਾਂ ਜਵਾਬ ਵੀ ਨਾ ਦੇ ਗੁੱਸਾ ਆਏਗਾ ਨਾਰਮਲ ਚੀਜ਼ ਆ ਉਹਦੇ ਵਿੱਚ ਕਲੇਸ਼ ਪੈਦਾ ਹੋਏਗਾ ਉਸ ਦੇ ਨਾਲ ਅਸੀਂ ਸਿੱਧੇ ਤੌਰ ਤੇ ਇੱਕ ਤਰ੍ਹਾਂ ਦੇ ਨਾਲ ਕਠੋਰ ਸ਼ਬਦਾਂ ਦੇ ਨਾਲ ਵਿਦ ਵੈਰੀ ਯੂ ਕੈਨ ਸੇ ਹਾਰਸ਼ ਲੈਂਗੁਏਜ ਉਹਦੇ ਨਾਲ ਅਸੀਂ ਉਹਦੇ ਨਾਲ ਪੇਸ਼ ਆਵਾਂਗੇ ਹੁਣ ਕਿਸੇ ਨੂੰ ਤੁਸੀਂ ਇਤਨੇ ਨਾ ਹੈ ਕਿ ਤੁਸੀਂ ਕਿਸੇ ਨੂੰ ਪੰਚ ਕਰੋ ਤੇ ਅਗਲਾ ਬੈਕ ਨਾ ਕਰੇ ਥੋੜਾ ਬਹੁਤਾ ਰਜਿਸਟਰ ਵੀ ਕਰੇਗਾ ਉਹ ਕੁਝ ਬੋਲੇਗਾ ਜਦੋਂ ਬੋਲੇਗਾ ਫਿਰ ਲੱਗੇਗਾ ਅੱਛਾ ਇੱਕ ਕੰਮ ਨਹੀਂ ਕਰਨਾ ਉਤੋਂ ਮੈਨੂੰ ਇਹ ਗੱਲ ਸੁਣਾਉਣੀ ਚੱਲ ਫਿਰ ਕੋਈ ਨਾ ਹੁਣ ਮੈਂ ਤੈਨੂੰ ਦੋ ਚਾਰ ਹੋਰ ਸੁਣਾ ਦਿੰਦਾ ਇਹ ਅੱਜ ਦੀ ਗੱਲ ਥੋੜਾ ਆ ਤੂੰ ਉਦੋਂ ਵੀ ਕੰਮ ਨਹੀਂ ਸੀ ਕੀਤਾ ਤੂੰ ਉਦੋਂ ਹੋ ਗਿਆ ਸ਼ੁਰੂ ਉਹ ਕਹਿੰਦਾ ਅੱਛਾ ਠੀਕ ਆ ਚਲੋ ਫਿਰ ਇਹ ਵਧੀਆ ਗੇਮ ਬਣ ਗਈ ਹੁਣ ਹੁਣ ਆਪਾਂ ਨਾ ਇਹੀ ਪਲੇ ਕਰਦੇ ਹਾਂ lettes play it ਉਦੋਂ ਹੀ ਪਤਾ ਲੱਗਾ ਜਦੋਂ ਸਾਰੀ ਸਿਚੁਏਸ਼ਨ ਅਪਸਾਈਡ ਡਾਊਨ ਹੋ ਗਈ ਤੇ ਬੰਦਾ ਬੈਠ ਕੇ ਸੋਚਦਾ ਪਰ ਆਪਾਂ ਤੇ ਕੰਮ ਕਰਨਾ ਸੀਗਾ ਵੀ ਵਰ ਸਟਕ ਸਮਵੇਰ ਐਲਸ ਫਿਰ ਅਕਸਰ ਲੋਕਨ ਲੱਗਦਾ ਕੋਈ ਸਰਾਪ ਲੱਗ ਗਿਆ ਸਾਨੂੰ ਸੰਤਾਪ ਕਿਸੇ ਨੇ ਕੋਈ ਕਲਮਾ ਪੜ ਮਾਰਿਆ ਕਾਲੇ ਰੰਗ ਦਾ ਕਾਲਾ ਇਲਮ ਕਾਲਾ ਕੁਝ ਜਾਦੂ ਕਰਦਾ ਹੈ ਸੰਤਾਪ ਹਕੀਕਤ ਇਹ ਮਨ ਤੋਂ ਪੈਦਾ ਹੁੰਦਾ ਮੈਂ ਕੇਵਰੇ ਸਿੰਪਲ ਐਗਜ਼ਾਮਪਲ ਕਰਦਾ ਗੁਰੂ ਰਾਮਦਾਸ ਸਾਹਿਬ ਪਾਈ ਜੇਠੇ ਰੂਪ ਵਿੱਚ ਨੇ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਥੜੇ ਬਣਾਓ ਕੁਝ ਸਿੱਖਾਂ ਹੋਰਾਂ ਨੂੰ ਵੀ ਕਿਹਾ ਕਹਿੰਦੇ ਨੇ ਭਾਈ ਰਾਮਾ ਜੀ ਹੋਰ ਕੁਝ ਸੱਜਣੋਂ ਵੀ ਬਣਾਉਣ ਲੱਗੇ ਬਣਾਏ ਅਜੇ ਬਣਾ ਕੇ ਥਕਾਵਟ ਵੀ ਨਹੀਂ ਹੱਟੀ ਹੋਣੀ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਟਾ ਦਿਓ ਬਹੁਤ ਨਾਬਰ ਹੋ ਗਏ ਚੱਲ ਲੱਗਿਆ ਹੱਦ ਹੋ ਗਈ ਵੀ ਇਹ ਕਿਹੜੀ ਗੱਲ ਪੂਰਾ ਮੈਸੇਜ ਦਿਓ ਨਾ ਵੀ ਬਣਾਉਣੇ ਨੇ ਢਾਣ ਵਾਸਤੇ ਬਣਾਉਣੇ ਨੇ ਉਵੇਂ ਦੇ ਬਣਾਉਂਦੇ ਬਸ ਜਿਹੜਾ ਹੈ ਮਾੜੀ ਫਾਰਮੈਲਟੀ ਕਰ ਦੇ ਜੇ ਇੰਨੀ ਮਿਹਨਤ ਲਾ ਕੇ ਇੰਨੀ ਸਿੱਦਤ ਦੇ ਨਾਲ ਫਿਰ ਬਣਾਏ ਤੇ ਹੁਣ ਟਾਓ ਨੋ 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 ਬਹੁਤ ਬਹੁਤ ਹਾਰਡ ਆ ਇੱਕ ਦੋਸਤ ਇਹਨਾਂ ਨੇ ਕਹਿੰਨੇ ਨਹੀਂ ਗੁਰੂ ਸਾਹਿਬ ਨੇ ਕਿਹਾ ਚਲੋ ਢਾ ਦੇ ਨੇ ਢਾ ਦਿੱਤੇ ਅਜੇ ਢਾ ਕੇ ਨਹੀਂ ਹਟੇ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਬਣਾਓ ਉਹ ਕਹਿੰਦੇ ਜੀ ਬਸ ਇਹ ਕੰਮ ਇਹ ਕੋਈ ਠੀਕ ਛੋੜਾ ਹੈ ਇੱਕ ਵਾਰੀ 2 ਵਾਰੀ 3 ਵਾਰੀ 4 ਵਾਰੀ 5 ਵਾਰੀ 6 ਵਾਰੀ 7 ਵਾਰੀ 7ਵੀਂ ਵਾਰੀ ਜੋ ਥੜਾ ਬਣਿਆ ਨਾ ਉਦੋਂ ਗੁਰੂ ਅਰਦਾਸ ਸਾਹਿਬ ਨੇ ਫਿਰ ਕਿਹਾ ਭਾਈ ਜੇਠਾ ਜੀ ਨੂੰ ਗੁਰ ਰਾਮਦਾਸ ਸਾਹਿਬ ਨੂੰ ਪੁਰਖਾ ਜੇ ਹੁਣ ਕਹਿ ਦਿਆਂ ਟਾ ਦੇ ਕਿੰਨੇ ਕੇ ਮਹਾਰਾਜ ਸਤਿ ਬਚਨ ਟਾ ਦਿੰਨੇ ਆ ਜੇ ਫਿਰ ਕਹਾ ਬਣਾ ਦੇ ਮਹਾਰਾਜ ਸਤਿ ਬਚਨ ਬਣਾ ਦੇ ਆ ਪੁਰਖਾ ਨਾ ਤੂੰ ਅੱਕ ਰਿਹਾ ਐ ਨਾ ਤੂੰ ਥੱਕ ਰਿਹਾ ਐ ਕੀ ਚੱਲ ਰਿਹਾ ਸੁਰ ਤੇ ਚ ਤੇ ਕਿਆ ਗੁਰੂ ਅਮਰਦਾਸ ਸਾਹਿਬ ਤੋਂ ਮੈਂ ਬੇਨਤੀ ਕਰਾਂ ਗੁਰੂ ਗੁਰੂਸ਼ਿਪ ਦੀ ਜ਼ਿੰਮੇਵਾਰੀ ਦੇਣ ਲਗਾ ਦੇ ਜੋਤੀ ਜੋਤ ਰੱਲੀ ਵਾਲੀ ਗੱਲ ਬਣੀ ਪਈ ਐ ਪੂਰੀ ਇਹੋ ਸੰਪੂਰਨਤਾ ਦਾ ਰੰਗ ਐ ਇੱਕ ਜਾਤ ਸਜਾਤ ਹੋ ਗਈ ਐ ਪਰ ਦੂਜਿਆਂ ਨੂੰ ਪਤਾ ਲੱਗੇ ਗੁਰੂ ਗੁਰੂ ਸਾਹਿਬ ਕੀ ਸਿਖਾ ਰਹੇ ਨੇ ਕੀ ਦੱਸ ਰਹੇ ਨੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਪੁਰਖਾ ਜੇ ਫਿਰ ਕਮਾਂਟਾ ਦੇ ਮਹਾਰਾਜ ਉਟਾ ਦਿੰਨੇ ਆ ਪਰ ਚੱਲ ਕੀ ਰਿਹਾ ਸੁਰਤ ਵਿੱਚ ਬਾਤ ਕੀ ਹੈ ਕਹਿਣ ਲਗੇ ਆਸ ਕੇ ਕਹਿਣ ਲਗੇ ਗੁਰੂ ਅਮਰਦਾਸ ਸਾਹਿਬ ਖਿਆਲ ਆ ਰਿਹਾ ਹੈ ਕਿਤਨਾ ਤਰਸ ਕੀਤਾ ਕਰਤਾਰ ਨੇ ਕਹਿੋ ਜੀ ਗੁਰੂ ਬਖਸ਼ਿਆ ਅਸੀਂ ਬਚਨ ਪੜਦੇ ਆ ਨਾ ਕਿ ਅ ਮਤਲਬ ਵਾਹਿਗੁਰੂ ਜੀ ਨੇ ਤਰਸ ਕੀਤਾ ਸਾਡੇ ਉੱਤੇ ਕਿ ਐਸਾ ਗੁਰ ਵਡਭਾਗੀ ਪਾਇਆ ਵੱਡੇ ਭਾਗਾ ਕਰਕੇ ਪ੍ਰਾਪਤ ਹੋ ਗਿਆ ਕਿੰਨਾ ਤਰਸ ਕੀਤਾ ਐਸਾ ਗੁਰਬਖਸ਼ ਦਿੱਤਾ ਐਸਾ ਗੁਰਬਖਸ਼ ਦਿੱਤਾ ਜਿਹੜਾ ਮੈਂ ਸਿੱਖ ਵੀ ਨਹੀਂ ਰਿਹਾ ਚੰਗੀ ਤਰ੍ਹਾਂ ਫਿਰ ਸਿਖਾ ਰਿਹਾ ਮੈਨੂੰ ਮੈਨੂੰ ਕੁਝ ਦੱਸ ਰਿਹਾ ਮੈਨੂੰ ਕੁਝ ਸਿਖਾ ਰਿਹਾ ਮੈਂ ਸਿੱਖ ਨਹੀਂ ਪਾ ਰਿਹਾ ਉਹ ਬਣਵਾਉਂਦਾ ਮੇਰ ਤੋਂ ਮੇਰ ਤੋਂ ਚੀਜ਼ ਬਣਦੀ ਨਹੀਂ ਚੰਗੀ ਤਰ੍ਹਾਂ ਮੈਨੂੰ ਜੇ ਹੋਰ ਸਿੱਖਣ ਦੀ ਲੋੜ ਆ ਮੈਨੂੰ ਹੋਰ ਸਿਖਾ ਰਹੇ ਹੋ ਤੁਸੀਂ ਬੜਾ ਬੜਾ ਤਰਸ ਹੈ ਮੇਰੇ ਤੇ ਗੁਰੂ ਅਮਰਦਾਸ ਸਾਹਿਬ ਨੇ ਬਸ ਗੱਲਾਂ ਲਾ ਲਿਆ ਕਹਿ ਲੰਗੇ ਬਸ ਇਸੇ ਤਰ੍ਹਾਂ ਦੇ ਸਿੱਖ ਬਣਾਉਣੇ ਨੇ ਇਹੀ ਜ਼ਿੰਮੇਵਾਰੀ ਹੈ ਬਸ ਸਿੱਖਣ ਲਈ ਤਿਆਰ ਹੋ ਜਾਏ ਅਪਣਾਉਣ ਲਈ ਤਿਆਰ ਹੋ ਜਾਏ ਅਦਰਵਾਈਜ਼ ਮਨੁੱਖੀ ਮਨ ਕਹਿੰਦਾ ਇੱਕ ਤੋਂ ਦੂਜੀ ਵਾਰ ਇਹ ਕਿਵੇਂ ਹੋ ਸਕਦਾ ਸਾਰੀ ਟੂ ਸੇ ਅਸੀਂ ਹਿਊਮਨ ਬਿਹੇਵੀਅਰ ਤੇ ਅੱਜ ਦਾ ਲਿਟਰੇਚਰ ਜਿੰਨਾ ਪੜਦੇ ਆ ਕਰਦੇ ਚ ਦੋ ਬੰਦੇ ਗੱਲਾਂ ਕਰ ਰਹੇ ਇੱਕ ਨੇ ਸੈਂਟੈਂਸ ਕਿਹਾ ਦੂਜੇ ਨੇ ਉੱਤਰ ਰਿਸਪੌਂਡ ਕੀਤਾ ਰਿਸਪੌਂਡ ਕੀਤਾ ਪਹਿਲੇ ਨੂੰ ਪਸੰਦ ਨਹੀਂ ਆ ਉਹ ਕਹਿੰਦਾ ਮੈਂ ਰਿਸਪੌਂਡ ਕਰਾਂਗਾ ਦੂਜਾ ਕਹਿੰਦਾ ਤੂੰ ਕਿਉਂ ਕਰੇਗਾ ਫਾਈਨਲ ਸੈਂਟੈਂਸ ਆਈ ਵਿਲ ਸੇ ਉਹ ਕਹਿੰਦਾ ਵਾਈ ਨਾਟ ਆਈ ਵਿਲ ਸੇ ਹੋ ਗਿਆ ਸ਼ੁਰੂ ਨਾ ਉਹਦੀ ਸਟੇਟਮੈਂਟ ਮੁਕੇ ਨਾ ਉਹਦੀ ਮੁਕੇ ਚੱਲੀ ਜਾਣਾ ਆਹੀ ਹੈ ਸੰਤਾਪ ਇੱਥੇ ਬਚਨ ਜਿਹੜਾ ਆ ਰਿਹਾ ਨਾ ਗੁਰੂ ਮਹਾਰਾਜ ਬਿਆਨ ਕਰਦੇ ਕਿ ਹਰ ਹਰ ਜਪਤ ਨਾਹੀਂ ਸੰਤਾਪ ਅੰਦਰ ਪੇਸ਼ੈਂਸ ਵੱਧ ਗਿਆ ਜਰਨ ਦੀ ਖਸ਼ਮਤਾ ਵੱਧ ਗਈ ਸਮਝ ਦਾ ਪੱਧਰ ਜਿਹੜਾ ਹੈ ਵੱਧ ਗਿਆ ਹੁਣ ਹੁਣ ਸੰਤਾਪ ਨਹੀਂਗਾ ਹੁਣ ਕਲੇਸ਼ ਦਾ ਰਾਹ ਨਹੀਂ ਹੈਗਾ ਉਸ ਲੈਵਲ ਤੇ ਉਹ ਰਾਹ ਹੀ ਛੁੱਟ ਗਿਆ ਸਾਰੇ ਦਾ ਸਾਰਾ ਇਹ ਨੂੰ ਸਾਬਣ ਕਿ ਕਿਹਾ ਸੀ ਨਾ ਜਿਸ ਜਿਸ ਪੈਂਡੇ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ ਜਿਹ ਪੈਂਡੇ ਲੂਟੀ ਪਨਿਹਾਰੀ ਜਿਨ੍ਹਾਂ ਰਾਹਾਂ ਤੇ ਪਾਣੀ ਭਰਨ ਵਾਲੀਆਂ ਪਨਿਹਾਰੀਆਂ ਰੋਜ਼ ਲੁੱਟੀਆਂ ਜਾਂਦੀਆਂ ਸੀਗੀਆਂ ਸੋ ਮਾਰਗ ਸੰਤਨ ਦੂਰਾਰੀ ਸੰਤ ਨੇ ਮੇਰਾ ਗੁਰੂ ਸੰਤ ਨੇ ਤਰਸ ਕੀਤਾ ਮੇਰੇ ਤੋਂ ਰਾਹ ਹੀ ਦੂਰ ਕਰ ਦਿੱਤਾ ਉਹ ਰਾਹ ਹੀ ਖਤਮ ਹੋ ਗਿਆ ਮੇਰੇ ਲਈ ਬਚਨ ਆਇਆ ਸਭ ਕਹਿੰਦੇ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਵਸੇ ਗੁਰੂ ਦੇ ਕੌਲ ਰੂਪੀ ਚਰਨ ਮਨ ਵਿੱਚ ਆ ਕੇ ਵਸ ਗਏ। ਦ੍ਰਿਸ਼ਟਾਂਤ ਐ ਮੈਟਾਫੋਰ ਐ ਫਿਰ ਦੁਬਾਰਾ। ਵੀ ਜਦੋਂ ਮੜੀ ਜੀਵ ਕਿਤੇ ਬਾਤ ਹੋਏ ਬੰਦਾ ਆਪਣੇ ਗੁਰੂ ਵੱਲ ਆਪਣੇ ਗੁਰੂ ਉਪਦੇਸ਼ਾਂ ਵੱਲ ਦੇਖਦਾ ਸਿੱਖਿਆ ਲੈਣ ਵਾਸਤੇ। ਨਹੀਂ ਤੇ ਅਸੀਂ ਸਾਡੀ ਸਾਰਿਆਂ ਦੀ ਆਪੋ ਆਪਣੀ ਐਕਸਪਲੇਨੇਸ਼ਨ ਹੁੰਦੀ ਹੈ। ਕੋਈ ਚੀਜ਼ ਸੱਜੇ ਖੱਬੇ ਹੋ ਜਾਏ ਮਾੜੀ ਘਰ ਵਿੱਚ ਬਾਹਰ ਕਿਤੇ। ਬੰਦਾ ਰਾਈਟ ਵੇ ਦੂਜਿਆਂ ਤੋਂ ਪੁੱਛਦਾ ਕਿਵੇਂ ਹੋਇਆ ਕਿਉਂ ਹੋਇਆ ਇੱਥੇ ਕਹਿਆ ਗਿਆ ਗੁਰੂ ਦੇ ਆਸਰਾ ਲੈਣਾ। ਉਦੇ ذریعے ਹੀ ਸਮਝਣਾ ਹੈ ਉਹਦੇ ਨਾਲ ਹੀ ਸਮਝ ਕੇ ਆਪਣੇ ਆਪ ਨੂੰ ਸਹੀ ਦਰਸਤਗੀ ਚ ਲੈ ਕੇ ਆਉਣਾ ਬਚਣਾ ਹੈ ਗੁਰਕੇ ਚਰਨ ਕਮਲ ਮਨ ਵਸੇ ਮਹਾ ਬਿਕਾਰ ਤਨ ਤੇ ਸਭ ਨਸੇ ਮਹਾ ਬਿਕਾਰ ਮਹਾ ਬਿਕਾਰ ਸਭ ਤੋਂ ਵੱਡਾ ਮਹਾ ਬਿਕਾਰ ਕੀ ਹੋਏਗਾ ਆਪਾਂ ਹੁਣੇ ਗੱਲ ਕੀਤੀ ਕਰੋਧ ਦੀ ਕਿੱਡਾ ਵੱਡਾ ਮਹਾ ਬਿਕਾਰ ਹੈ ਜਿਹਦੇ ਵਾਸਤੇ ਬੰਦਾ ਜਾਨ ਦੇਣ ਲਈ ਤਿਆਰ ਹੈ ਪਿਆਰ ਕਰਦਾ ਹੈ ਸਨੇਹ ਕਰਦਾ ਹੈ ਸਭ ਦਿਨ ਰਾਤ ਭਜਨ ਠ ਕਰਦਾ ਹੈ ਕ੍ਰੋਧ ਵਿੱਚ ਆਇਆ ਹੋਇਆ ਉਸੇ ਨੂੰ ਕੁੱਟਣ ਮਾਰਨ ਲਈ ਤਿਆਰ ਹੋ ਜਾਂਦਾ ਮਹਾਵਿਕਾਰ ਕਿੱਡਾ ਮਹਾਵਿਕਾਰ ਹੈ ਬੱਚੇ ਨੂੰ ਮਾਪੇ ਮਤਲਬ ਫੁੱਲਾਂ ਵਾਂਗੂ ਰੱਖਦੇ ਸਭ ਉਸ ਰੂਪ ਦੇ ਵਿੱਚ ਜਦੋਂ ਵਾਇਲੈਂਟ ਇੱਕਦਮ ਬਿਹੇਵੀਅਰ ਉਸ ਲੈਵਲ ਦਾ ਹੁੰਦਾ ਕੀ ਹੁੰਦਾ ਹਾਂ ਇਹ ਹੀ ਚੀਜ਼ਾਂ ਨੇ ਮਹਾਵਿਕਾਰ ਫਿਰ ਇਹ ਸਾਰੇ ਇੱਕ ਤੋਂ ਬਾਅਦ ਇੱਕ ਦੇਖੋ ਸਾਬ ਬਿਆਨ ਕਰਦੇ ਮਹਾ ਵਿਕਾਰ ਤਨ ਤੇ ਸਭ ਨਸੇ ਸਭ ਨਸ ਗਏ ਨਠ ਗਏ ਦੌੜ ਗਏ ਤਨ ਬਿਲਕੁਲ ਉਸ ਪੱਖੋਂ ਖਾਲੀ ਹੋ ਗਿਆ ਅਗਲਾ ਬਚਨ ਲਿਖਿਆ ਕ੍ਰਿਸ਼ਨਾ ਭੂਖ ਸਭ ਨਾਸੀ ਇਹ ਗੋਪਾਲ ਕੋ ਜਸ ਗਾਉ ਪ੍ਰਾਣੀ ਗੋਪਾਲ ਦਾ ਜਸ ਗਾਉਂਦਿਆ ਇਹ ਬਾਤ ਬਣੀ ਹੈ ਬਚਨ ਆਇਆ ਤ੍ਰਿਸ਼ਨਾ ਭੂਖ ਸਭ ਨਾਸੀ ਤ੍ਰਿਸ਼ਨਾ ਭੂਖ ਇੱਕ ਐਸੀ ਭੁੱਖ ਜਿਹੜੀ ਕਦੀ ਮਿਟੇਗੀ ਨਹੀਂ ਮੀਨ ਜੋ ਕੁਝ ਵੀ ਮਿਲ ਜਾਏ ਉਹ मीनिंगलेस ਹੈ ਸੰਸਾਰੀ ਤੌਰ ਤੇ ਇਹ ਮੰਨਿਆ ਜਾਂਦਾ ਕਿ ਅਕਸਰ ਲੋਕੀ ਖਾਸ ਕਰਕੇ ਪੜ੍ਹੇ ਲਿਖੇ ਸੋਸਾਇਟੀ ਚ ਗਿਆ ਜਾਂਦਾ ਆਪਣੇ ਜੀਵਨ ਦੇ ਕੁਝ ਰੈਜ਼ੋਲਿਊਸ਼ਨਸ ਬਣਾਓ ਹੋ ਸਕੇ ਤੇ ਉਹਨਾਂ ਨੂੰ ਵਰਡਸ ਦੇ ਵਿੱਚ ਰਾਈਟ ਡਾਊਨ ਕਰੋ ਲਿਖੋ ਉਹਨਾਂ ਨੂੰ ਜਦੋਂ ਲਿਖੋਗੇ ਤੇ ਫਿਰ ਕੁਝ ਲਿਮਿਟੇਸ਼ਨ ਸੈਟ ਹੋਣਗੀਆਂ ਵੀ ਆਈ ਵਾਂਟ ਟੂ ਅਚੀਵ ਐਟ ਲਿਸਟ ਓਨ that ਲੈਵਲ ਮਾਈ ਅਚੀਵਮੈਂਟ ਸ਼ੁੱਡ ਬੀ ਲਾਈਕ ਦਿਸ ਲਿਖ ਲਿਆ ਵਕਤ ਪਿਆ ਉਹ ਕਾਰਜ ਪੂਰਾ ਹੋ ਗਿਆ ਦੁਬਾਰਾ ਪੜਿਆ ਇੱਕ ਸੈਟੀਸਫੈਕਸ਼ਨ ਆਈ ਹਾਂ ਇਹ ਹੋਇਆ ਭਈ ਗੱਲ ਇਹ ਹੈ ਜੋ ਕੁਝ ਵੀ ਹੋ ਜਾਏ ਜੋ ਕੁਝ ਵੀ ਮਿਲ ਜਾਏ ਜੋ ਕੁਝ ਵੀ ਪ੍ਰਾਪਤ ਹੋਏ ਸਭ ਬੇਮਾਨੀ ਥੋੜਾ ਕਿਉਂ ਕਿਉਂਕਿ ਜੋ ਕੱਲ ਤੱਕ ਸੋਚਿਆ ਸੀਗਾ ਸੋਚ ਹੁਣ ਕਹਿੰਦੀ ਹੈ ਉਸ ਤੋਂ ਜ਼ਿਆਦਾ ਚਾਹੀਦਾ ਉਸ ਤੋਂ ਵੱਧ ਚਾਹੀਦਾ ਉਸ ਤੋਂ ਵੱਡਾ ਚਾਹੀਦਾ ਉਹ ਕਦੀ ਵੀ ਨਹੀਂ ਮੁੱਕਣਾ ਇਹ ਖੂਹ ਹੈ ਜਿਹੜਾ ਕਦੀ ਵੀ ਨਹੀਂ ਭਰਨਾ ਗੁਰੂ ਬਾਬਾ ਜੀ ਕਹਿੰਦੇ ਗੋਪਾਲ ਦਾ ਜਸ ਗਾਉਂਦਿਆਂ ਸੁਰਤ ਥੋੜੀ ਥੋੜੀ ਟਿਕਾ ਵਿੱਚ ਆਉਂਦੀ ਤੇ ਫਿਰ ਤ੍ਰਿਸ਼ਨਾ ਪੂਖ ਸਭ ਨਾਸੀ ਅਲਟੀਮੇਟਲੀ ਚੀਜ਼ ਫਿਰ ਖਤਮ ਹੋ ਜਾਂਦੀ ਸੰਤ ਪ੍ਰਸਾਦ ਜਪਿਆ ਅਬਿਨਾਸੀ ਸੰਤ ਪ੍ਰਸਾਦ ਕਿਤੇ ਗੁਰੂ ਸੰਤ ਕਿਰਪਾ ਕਰਦੇ ਜਪਿਆ ਅਬਿਨਾਸੀ ਨਾ ਨਾਸ਼ ਹੋਣ ਵਾਲਾ ਜਪਿਆ ਜਾ ਸਕੇ ਨਾ ਨਾਸ਼ ਹੋਣ ਵਾਲਾ ਇਸ ਤਰ੍ਹਾਂ ਜਾਣ ਲਈਏ ਸਵੇਰੇ ਇੱਕ ਗੱਲ ਚੰਗੀ ਲੱਗਦੀ ਸੀ ਦੁਪਹਿਰ ਹੁੰਦਿਆਂ ਹੁੰਦਿਆਂ ਤੱਕ ਉਹਦੇ ਵਿੱਚ ਉਹਨਾ ਅਪੀਲਿੰਗ ਲੈਵਲ ਕੱਟ ਗਿਆ ਸ਼ਾਮ ਹੁੰਦਿਆਂ ਤੱਕ ਸੋਚਿਆ ਅੱਜ ਤੋੜੇ ਬਿਗ ਟੇਲ ਮੀਨ ਜੋਦ ਐਸੈਂਸ ਸੀਗਾ ਜੋਸ਼ ਵਿਚਾਰ ਦੇ ਵਿੱਚ ਤਾਪ ਸੀਗੀ ਉਹ ਮੁੱਕ ਗਈ ਜਿਹੜੀ ਤਾਪ ਨਹੀਂ ਮੁੱਕਦੀ ਉਹ ਰੱਬੀ ਬਚਨਾਂ ਦੇ ਵਿੱਚ ਆ ਜਿਵੇਂ ਗੁਰਬਾਣੀ ਹੈ ਸੁیرے ਪੜੋਗੇ ਨਵੇਂ ਦੁਪਹਿਰ ਪੜੋਗੇ ਨਵੇਂ ਸ਼ਾਮ ਪੜੋਗੇ ਨਵੇਂ ਹਰ ਰੋਜ਼ ਪੜੋਗੇ ਨਵੇਂ ਕਿਉਂਕਿ ਇਹਨਾਂ ਦੀ ਤਾਬ ਐਸੀ ਹੈ ਇਸ ਕਰਕੇ ਇਹੋ ਜਿਹਾ ਅਬਨਾਸ਼ੀ ਗਿਆਨ ਇਹੋ ਜਿਹੀ ਅਬਨਾਸ਼ੀ ਸੋਚ ਸਾਡੇ ਅੰਦਰ ਲਗਾਤਾਰ ਵਸੇ ਈ ਰੱਬ ਹੈ ਇਹੀ ਰੱਬ ਦਾ ਅਹਿਸਾਸ ਹੈ ਬਾਬਾ ਜੀ ਕਹਿ ਰਹੇ ਨੇ ਸੰਤ ਪ੍ਰਸਾਦ ਜਪਿਆ ਅਬਨਾਸ਼ੀ ਸੰਤ ਪ੍ਰਸਾਦ ਸੰਤਾਂ ਦੀ ਕਿਰਪਾ ਸਦਕਾ ਤੇ ਸਾਡੇ ਲਈ ਸੰਤ ਸਾਡਾ ਸੰਤ ਤੇ ਬਾਬਾ ਕਬੀਰ ਆ ਸਾਡਾ ਸੰਤ ਤੇ ਭਗਤ ਰਵਿਦਾਸ ਆ ਭਗਤ ਸਦਨਾ ਭਗਤ ਸਾਇਨ ਭਗਤ ਨਾਮਦੇਵ ਭਗਤ ਰਾਮਾਨੰਦ ਭਗਤ ਰਿ ਲੋਚਨ ਇਹ ਸਾਡਾ ਸੰਤ ਹੈ ਇਹਦਾ ਪ੍ਰਸਾਦ ਉਹਨਾਂ ਨੇ ਪ੍ਰਸਾਦ ਬਖਸ਼ ਦਿੱਤਾ ਸੁਦੀਪ ਕਾਲੀ ਜਿਹੜਾ ਕਦੀ ਮੁੱਕੇ ਹੀ ਨਾ ਐਸਾ ਪ੍ਰਸਾਦ ਗੁਰਸ਼ਬਦ ਦਾ ਪ੍ਰਸਾਦ ਸਿੱਖਿਆ ਦਾ ਪ੍ਰਸਾਦ ਉਪਦੇਸ਼ਾਂ ਨੂੰ ਸ਼ਬਦਾਂ ਦਾ ਚੋਲਾ ਪਵਾ ਕੇ ਟਿਕਾ ਦਿੱਤਾ ਸੁਦੀਪ ਕਾਲੀ ਇਹ ਪ੍ਰਸਾਦ ਜਦੋਂ ਕਿਤੇ ਸੁਰਤੋਸ ਪ੍ਰਸਾਦ ਨੂੰ ਪ੍ਰਾਪਤ ਕਰੇ ਉਸ ਨੂੰ ਕਿਤੇ ਰਿਸੀਵ ਕਰੇ ਜਾਂ ਪਰਸੀਵ ਕਰੇ ਕਹਿ ਲਈਏ ਪ੍ਰੋਪਰਲੀ ਵਚਨ ਆਇਆ ਸੰਤ ਪ੍ਰਸਾਦ ਜਪਿਆ ਅਬਿਨਾਸੀ ਜਦੋਂ ਜਪਿਆ ਉਸ ਬਿਨਾਸੀ ਨੂੰ ਪਕੜਿਆ ਉਸ ਰੂਪ ਦੇ ਵਿੱਚ ਰੈਣ ਦਿਨਸ ਪ੍ਰਭ ਸੇਵ ਕਮਾਨੀ ਪਰ ਲੱਗਾ ਰਾਤ ਦਿਨ ਪ੍ਰਭੂ ਦੀ ਸੇਵਾ ਕਮਾਉਣੀ ਹੈ ਪ੍ਰਭੂ ਦੀ ਸੇਵਾ ਕਮਾਉਣੀ ਆਮ ਭਾਸ਼ਾ ਆ ਸਾਡੀ ਸਪੋਜ਼ ਸ਼ਰੀਰ ਆ ਸੈਲਫ ਕੇਅਰ ਦੀ ਗੱਲ ਕੀਤੀ ਜਾਂਦੀ ਇਹਦੀ ਨਾ ਕੇਅਰ ਕਰਨੀ ਚਾਹੀਦੀ ਹੈ ਐਕਸਰਸਾਈਜ਼ ਕਰੋ ਪ੍ਰੋਪਰ ਫੂਡ ਇਨਟੇਕ ਕਰੋ ਰੈਸਟ ਪ੍ਰੋਪਰਲੀ ਕਰੋ ヒューਮਨ মাইন্ড ਦੀ ਹਾਲਤ ਇਹ ਹੈ ਕਿਤੇ ਕੋਈ ਰੈਜ਼ੋਲੂਸ਼ਨ ਸੈੱਟ ਕੀਤਾ ਹਫਤੇ ਲਈ ਹਫਤੇ ਬਾਅਦ ਬੰਦਾ ਕਹਿੰਦਾ ਇਸ ਟੂ ਹਾਰਡ ਭਾਈ ਸਾਹਿਬ ਕਮਾਲਿਆ 셀ਫ ਕੇਅਰ ਵੀ ਟੂ ਹਾਰਡ ਹੈ ਕਿਉਂ ਕਿ ਬਰਡਨ ਮੰਨ ਲਈ ਹੈ ਸੇਵਾ ਨਹੀਂ ਮੰਨੀ ਇਹ ਮੰਨਿਆ ਨਹੀਂ ਕੁਦਰਤ ਨੇ ਕਿਸੇ ਹੁਕਮ ਵਿੱਚ ਨੂੰ ਇਜ਼ਾਦ ਕੀਤਾ ਆ ਉਸ ਹੁਕਮ ਦਾ ਪਾਲਕ ਬੰਣਾ ਆ ਜਿਹੜਾ ਇਹ ਨਹੀਂ ਕਰ ਸਕਦਾ ਉਹ ਰੈਸਟ ਆਫ ਸੇਵਾ ਕੀ ਕਮਾਏਗਾ sorry for that ਇਹ ਹਕੀਕਤ ਹੈ ਅਸੀਂ ਕਹਿਣ ਨੂੰ ਕਹਿੰਦੇ ਆ ਬੜੇ ਕੰਮ ਕਰ ਰਹੇ ਆ ਅਸੀਂ ਮੈਂ ਤੇ ਬਹੁਤ ਬਿਜ਼ੀ ਆ ਜੀ ਬੜੇ ਐਕਚੁਅਲ ਲੈਵਲ ਤੇ ਜਿਹੜਾ ਕੰਮ ਦਾ ਅਸਲ ਕ੍ਰਾਈਟੇਰੀਆ ਉਹ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਇਸ ਲਈ ਬਾਬਾ ਜੀ ਕਹਿੰਦੇ ਸਾਰਾ ਜਗਤ ਤੰਦ ਘੁੱਟ ਰਿਹਾ ਇਹ ਤੇ ਹੈ ਤੰਦਾ ਕਰਤਿਆ ਨਿਹਫਲ ਜਨਮ ਗਵਾਇਓ ਸੁਖ ਦਾਤਾ ਮਨ ਨਾ ਵਸਾਇਆ ਸੁਖਾਂ ਵਾਲੇ ਦਾਤੇ ਦੇ ਕੋਲ ਵੀ ਨਹੀਂ ਗਿਆ ਇਹਨੂੰ ਪਤਾ ਹੀ ਨਹੀਂ ਸੁਖ ਦੀ ਪਰਿਭਾਸ਼ਾ ਕੀ ਹੁੰਦੀ ਹੈ ਸੱਭ ਬਿਆਨ ਕਰਦੇ ਇਸ ਪਾਵਨ ਬੱਚ ਰੈਨ ਦਿਨਸ ਪ੍ਰਭ ਸੇਵ ਕਮਾਨੀ ਹੁਣ ਰਾਤ ਦਿਨ ਉਹਦੀ ਸੇਵਾ ਚ ਲੱਗ ਗਿਆ ਹੁਣ ਉਹ ਨੇਚਰਲ ਕ੍ਰਾਈਟੇਰੀਆ ਫਾਲੋ ਕਰ ਲਿਆ ਉਸ ਰੂਪ ਦੇ ਵਿੱਚ ਚੰਗਾ ਖਾਣਾ ਚੰਗਾ ਪਾਣਾ ਚੰਗੇ ਤਰੀਕੇ ਨਾਲ ਆਪਣੇ ਆਪ ਨੂੰ ਸਹੇਜਣਾ ਇਹ ਸਭ ਤਾਂ ਪੋਸੀਬਲ ਹੋਏਗਾ ਜੇ ਚੰਗਾ ਸੁਣਾਗੇ ਚੰਗਾ ਪੜਾਂਗੇ ਇਹ ਅਸਰ ਕਰੇਗਾ ਜੇ ਚੰਗਾ ਸੋਚਾਂਗੇ ਇਹ ਚੰਗਾ ਸੋਚਾਂਗੇ ਅੰਦਰਲੇ ਪਾਸੋਂ ਚੰਗਾ ਕਰਨ ਦੀ ਇੱਛਾ ਸ਼ਕਤੀ ਪੈਦਾ ਹੋਏਗੀ ਇਹ ਸਿਮਰਨ ਹੈ ਅੱਜ ਇਹਦੇ ਉੱਤੇ ਸਾਰਾ ਜਿਤਨੇ ਬਿਹੇਵ ਹਿਮਨ ਬਿਹੇਵੀਅਰ ਨੂੰ ਮੋਡੀਫਿਕੇਸ਼ਨ ਕਰਨ ਦੀ ਗੱਲ ਹੋ ਰਹੀ ਹੈ ਸਾਰਾ ਇਹਦੇ ਤੇ ਇਮਫਸਾਈਜ਼ ਹੈ ਸੈਂਕੜੇ ਵਰੇ ਪਹਿਲਾਂ ਬਾਬਾ ਜੀ ਇਹਦੇ ਤੇ ਜ਼ੋਰ ਦੇ ਰਹੇ ਬਾਬਾ ਜੀ ਕਹਿੰਦੇ ਆ ਚੀਜ਼ਾਂ ਕਰ ਬਚਨ ਆਇਆ ਮਹਾਰਾਜ ਕਹਿੰਦੇ ਰੈਨ ਦਿਨਸ ਪ੍ਰਭ ਸੇਵ ਕਮਾਨੀ ਹਰ ਮਿਲਣਾ ਕਿ ਇਹ ਨਿਸ਼ਾਨੀ ਰੱਬ ਮਿਲਦਾ ਆ ਤੇ ਜਦੋਂ ਕਿਸੇ ਨਾਲ ਕੋਈ ਮਲਾਪ ਹੋਏ ਕੋਈ ਚੀਜ਼ ਬਣੇ ਸਪੋਜ਼ ਕਰੋ ਬੰਦਾ ਕਹਿੰਦਾ ਵੀ ਮੀਂਹ ਪੈ ਰਿਹਾ ਇਹ ਤਾਂ ਮੀਂਹ ਪੈਣ ਦੀ ਨਿਸ਼ਾਨੀ ਕੀ ਹੈ ਬਹੁਤ ਸਿੰਪਲ ਆ ਬੱਚਾ ਕਹੇ ਵੀ ਵੈਨ ਰੇਨਿੰਗ ਇਜ਼ ਹੈਪਨਿੰਗ ਵੈਨ ਏਟਲੀ ਰੇਨਿੰਗ ਇਜ਼ ਆ ਯੂ ਕੈਨ ਸੇ ਇਟਸ 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 ਵੀ ਆਰ ਗੈਟਿੰਗ ਰੇਨ what would be the signs what would be the symptom what would be the actually how how can we understand it's raining person das de na aim aim karke boondaan digdiyan ne to gilliyan hundiyan ne oh fir thalle zameen gilli kar dende patte gille ho jande si bahar nikalde it's like wet ho janda sara kuch nishani hai kende prabhu milda ਅੱਛਾ ਪ੍ਰਭੂ ਮਿਲਣ ਦੀ ਨਿਸ਼ਾਨੀ ਕੀ ਹੈ ਬਾਬਾ ਜੀ ਕਹਿੰਦੇ ਜੋ ਸਾਰਾ ਕੁਝ ਉੱਤੇ ਦੱਸਿਆ ਸਭ ਕੁਝ ਹੋਣਾ ਪ੍ਰਭੂ ਮਿਲਣ ਦੀ ਨਿਸ਼ਾਨੀ ਹੈ ਜਦੋਂ ਮਿਲੇਗਾ ਉਦੋਂ ਆ ਚੀਜ਼ ਵਾਪਰੇਗੀ ਬਚਨ ਆਇਆ ਸਭ ਕਹਿੰਦੇ ਹਰ ਮਿਲਣਾ ਕਿ ਇਹ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਇਆਲ ਜਦੋਂ ਪ੍ਰਭੂ ਦਇਆ ਦੇ ਘਰ ਵਿੱਚ ਆਉਂਦਾ ਜੀਵਨ ਦੇ ਜੰਜਾਲ ਛੁੱਟਦੇ ਨਹੀਂ ਤੇ ਇੱਕ ਆਪੂ ਥਾਪਿਆ ਟਰੈਪ ਜੋ ਮਤਲਬ ਇੱਕ ਤਾਣਾ ਪੇਟਾ ਇਹੋ ਜਿਹਾ ਬੰਦੇ ਨੇ ਬਣਾ ਲਿਆ ਸੋਚਾਂ ਦਾ ਜਿਸ ਵਿੱਚ ਬਾਹਰ ਨਿਕਲਨੇ ਨਾ ਮੌਕਨਿਆ ਬਚਨਾ ਆਇਆ ਮਿੱਟੇ ਜੰਜਾਲ ਹੋਏ ਪ੍ਰਭ ਦਇਆਲ ਗੁਰੂ ਕਾ ਦਰਸ਼ਨ ਦੇਖ ਨੇ ਹਾਲ ਉਹਦੀ ਕਿਰਪਾ ਦੇ ਸਦਕਾ ਗੁਰੂ ਦੀ ਸਾਂਝ ਬਣੀ ਤੇ ਗੁਰੂ ਦੇ ਦਰਸ਼ਨ ਗੁਰੂ ਦੀ ਦਰਸ਼ਨ ਦਾ ਮਤਲਬ ਹੀ ਇੱਥੇ ਹੈ ਉਸ ਵਿਜਨ ਦੇ ਨਾਲ ਦੇਖ ਨੇ ਹਾਲ ਇੰਜ ਲੱਗ ਰਿਹਾ ਮੈਂ ਸੰਸਾਰ ਨੂੰ ਕਾਦਾ ਮਾ ਉਸ ਰੂਪ ਚ ਅਬਜ਼ਰਵ ਕਰ ਰਿਹਾ ਮਾਲਕ ਆਪ ਮੇਰੇ ਅੰਦਰ ਵਰਤ ਕੇ ਮੈਨੂੰ ਉਸ ਕਾਬਿਲ ਬਣਾ ਰਿਹਾ ਕਿ ਮੈਨੂੰ ਸੰਸਾਰ ਸਹੀ ਸਮਝ ਆਉਣਾ ਸ਼ੁਰੂ ਹੋ ਗਿਆ ਪਰਾਪੁਰਬਲਾ ਕਰਮ ਬਣ ਆਇਆ ਪਰਾਪੁਰਬਲਾ ਕਰਮ ਬਣ ਆਇਆ ਆਪਾਂ ਪਰੇਪੁਰਬਲੇ ਨੂੰ ਵੀ ਸਮਝੀਏ ਥੋੜਾ ਜਿਹਾ ਜਿਵੇਂ ਸੁਪੋਜ਼ ਕਦੀ ਆਈਸ ਏਜ ਸੀਗੀ ਮਤਲਬ ਉਹ ਐਰਾ ਸਮਾਂ ਆਇਆ ਉਸਨੇ ਜਿਵੇਂ ਸਾਡਾ ਨਾਰਥਨ ਸਾਰਾ ਹੈਮਿਸਫੀਅਰ ਹੈਗਾ ਇਸ ਨੂੰ ਬੜਾ ਨਵਾਜਿਆ ਉਹਦਾ ਅਸਰ ਅਸਰਾਰ ਅੱਜ ਅਸੀਂ ਵੇਖ ਰਹੇ ਹਾਂ ਇੰਨੇ ਤਰ੍ਹਾਂ ਦੇ ਮਿਨਰਲਸ ਨੇ ਇੱਥੇ ਇੰਨੇ ਤਰ੍ਹਾਂ ਦੀ ਇੱਥੇ ਡਿਫਰੈਂਟ ਡਿਫਰੈਂਟ ਮੈਟਲਸ ਨੇ ਜਿੱਥੇ ਕਿਤੇ ਜ਼ਮੀਨ ਦਾ ਥੋੜਾ ਬਹੁਤਾ ਪੌਕੇਟ ਬਚਦੀ ਹੈ ਬੜੀ ਫਰਟਾਈ ਲਿਆ ਇਹ ਸਾਰੀਆਂ ਚੀਜ਼ਾਂ ਕਿਤੇ ਬਹੁਤ ਸਾਰੀ ਔਇਲ ਸੈਂਡ ਆ ਸਾਰੇ ਦੀ ਸਾਰੀ ਉਹਦਾ ਪ੍ਰਭਾਵ ਹੈ ਹਾਂ ਇਹ ਸਾਰੇ ਪੁਰਬਲੇ ਉਹ ਸਾਰੇ ਆਭਾ ਨੂੰ ਜੇ ਮੰਨਣਾ ਹੈ ਤਾਂ ਕੁਝ ਸਮਝ ਕੁਝ ਉਸ ਲੈਵਲ ਦੀ ਸੋਝੀ ਹੋ ਕਿ ਤਾਂ ਮੰਨ ਸਕਾਂਗੇ ਅਦਰਵਾਇਜ਼ ਪਿਆਰ ਹੈ ਖਜ਼ਾਨਾ ਇਨ ਬਿਨ ਸਾਡੇ ਅੰਦਰ ਆ ਹਾਂ ਮਾੜੇ ਸੰਸਕਾਰਾਂ ਦਾ ਅਸਰ ਅਸਰਾਰ ਹੈ ਪਰ ਬਾਬਾ ਜੀ ਕਹਿੰਦੇ ਉਹ ਪੁਰਬਲੇ ਕਿਤੇ ਚੰਗਿਆਂ ਦਾ ਵੀ ਬੀਜ ਅੰਦਰ ਪਿਆ ਆ ਇੱਥੇ ਹੁਣ ਕਿਹੋ ਫੁੱਟ ਆਇਆ ਬਚਨ ਆਇਆ ਪਰਾ ਪੁਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹੁਣ ਰਸਨਾ ਨਿਤਾ ਪ੍ਰਤੀ ਹਰੀ ਦਾ ਗੁਣगान ਕਰਦੀ ਹਰ ਕੇ ਸੰਤ ਸਦਾ ਪ੍ਰਵਾਨ ਸਮਝ ਆ ਗਈ ਜਿਹੜੇ ਹਰੀ ਦੇ ਰਾਹ ਦੇ ਰਾਗੀਰ ਹੁੰਦੇ ਉਹਨਾਂ ਨੂੰ ਰੱਬੀ ਗੁਣਾ ਦੇ ਨਾਲ ਨਵਾਜ ਕੇ ਪ੍ਰਵਾਨ ਕਰ ਲੈਂਦਾ ਸੰਤ ਜਨਾ ਮਸਤਕ ਨਿਸ਼ਾਨ ਉਹਨਾਂ ਦੇ ਮੱਥੇ ਤੇ ਨਿਸ਼ਾਨ ਲਾ ਦਿੰਦਾ ਮੁਰਾਦ ਜਿਵੇਂ ਸਾਡਾ ਜਿਹੜੀ ਬਾਡੀ ਲੈਂਗੁਏਜ ਹੀ ਕਹ ਲੀਏ 올 ਓਵਰ ਇਹੀ ਬੜਾ ਕੁਝ ਬਿਆਨ ਕਰਦੀ ਹੈ ਆਪਾਂ ਬਹੁਤਾ ਸਮਾਂ ਲੁਕਾ ਛੁਪਾ ਨਹੀਂ ਸਕਦੇ ਚੀਜ਼ਾਂ ਅਲਟੀਮੇਟਲੀ ਉਜਾਗਰ ਹੋ ਜਾਂਦੀਆਂ ਦਾਸ ਕੀ ਰਹਿਣ ਪਾਏ ਜੇ ਕੋਈ ਬਾਬਾ ਜੀ ਕਹਿੰਦੇ ਜੇ ਕੋਈ ਰੱਬੀ ਵਣਜਾਰੇ ਰੱਬੀ ਉਸ ਰਾਹ ਦੇ ਰਾਗੀਰ ਦੀ ਕੋਈ ਚਰਨ ਧੂੜ ਪ੍ਰਾਪਤ ਕਰ ਲੇ ਨਾਨਕ ਤਿਸ ਕੀ ਪਰਮਗਤ ਹੋਏ ਏ ਨਾਨਕ ਉਹਦੀ ਪਰਮਗਤੀ ਹੋ ਜਾਏਗੀ ਮੀਨ ਸੁਪੀਰੀਅਰ ਸਲਵੇਸ਼ਨ ਅਸੀਂ ਸਲਵੇਸ਼ਨ ਲੱਭ ਰਹੇ ਆ ਆਪਣੇ ਬਾਬਾ ਜੀ ਕਹਿੰਦੇ ਸੁਪੀਰੀਅਰ ਲੈਵਲ ਦੀ ਸਲਵੇਸ਼ਨ ਤੁਸੀਂ ਅਟੇਨ ਕਰ ਸਕਦੇ ਹੋ ਅਰਨ ਕਰ ਸਕਦੇ ਹੋ ਸਾਬ ਰਹਿਮਤ ਕਰਨ ਇਹਨਾਂ ਆਲਮੀ ਅਲਾਹੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ ਇਹ ਦਿਲੀ ਦੁਆ ਹੈ ਇਹਨੀਆਂ ਕ ਬਿੰਤਿਆਂ ਨਾਲ ਖੇਮਾ ਪੁੱਲ ਲੰਘਦੇ ਨਾ ਸਤਾਰਨੀਆ ਇੱਥੇ ਹੀ ਆਵਾਜ਼ ਦੇ ਕੇ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ